ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਮਾਲੀ ਸੰਕਟ ਵਿੱਚੋਂ ਕੱਢਣ ਦੇ ਲਈ ਹੁਣ UGC ਅੱਗੇ ਆ ਗਈ ਹੈ, ਕਿਉਂਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਯਾਨੀ UGC ਨੇ ਅੱਜ ਸੁਪਰੀਮ ਕੋਰਟ ਦੇ ਕੋਲ ਬਗੈਰ ਕੋਈ ਅੜਿੱਕੇ ਤੋਂ ਲਗਾਤਾਰ ਗ੍ਰਾਂਟ ਦੇਣ ਦੇ ਲਈ ਹਾਮੀ ਭਰ ਦਿੱਤੀ। UGC ਨੇ ਸੁਪਰੀਮ ਕੋਰਟ ਨੂੰ ਪੰਜਾਬ ਯੂਨੀਵਰਸਿਟੀ ਦੇ ਲਈ 20 ਕਰੋੜ ਦੀ ਐਡਹਾਕ ਗ੍ਰਾਂਟ ਦੇਣ ਦੀ ਵੀ ਜਾਣਕਾਰੀ ਦਿੱਤੀ। UGC ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਵਿੱਤੀ ਗ੍ਰਾਂਟ ਨੂੰ ਲੈ ਕੇ ਮੀਟਿੰਗਾਂ ਚੱਲ ਰਹੀਆਂ ਨੇ। ਇਸ ਸੰਬੰਧੀ ਅਗਲੀਆਂ ਮੀਟਿੰਗਾਂ ਦੌਰਾਨ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਗ੍ਰਾਂਟ ਦੀ ਰਕਮ ਨਿਰਧਾਰਿਤ ਕਰ ਦਿੱਤੀ ਜਾਵੇਗੀ ਅਤੇ ਇਹ ਵੀ ਤੈਅ ਕਰ ਲਿਆ ਜਾਵੇਗਾ ਕਿ ਕਿੰਨੀ ਰਕਮ ਕਦੋਂ ਕਦੋਂ ਰਿਲੀਜ਼ ਕੀਤੀ ਜਾਇਆ ਕਰੇਗੀ। UGC ਨੇ ਅਗਲੀ ਤਾਰੀਕ ਤੋਂ ਪਹਿਲਾਂ ਯੂਨੀਵਰਸਿਟੀ ਦੇ ਨਾਲ ਸਾਰੀ ਗੱਲ ਮੁਕਾ ਕੇ ਸੂਚਿਤ ਕਰਨਾ ਮੰਨ ਲਿਆ ਹੈ। ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਵਿੱਤੀ ਗ੍ਰਾਂਟ ਤੇ ਕੱਟ ਲਗਾਏ ਜਾਣ ਦਾ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ ਵੀ ਚੱਲ ਰਿਹਾ ਹੈ। ਹਾਈਕੋਰਟ ਦੇ ਵਿੱਚ ਆਖਰੀ ਪੇਸ਼ੀ 4 ਮਈ ਨੂੰ ਸੀ, ਜਦਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੀ 1 ਮਈ ਦੀ ਤਰੀਕ ਦੇ ਵਿੱਚ UGC ਨੂੰ ਗ੍ਰਾਂਟ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਯੂਨੀਵਰਸਿਟੀ ਨੂੰ ਮਿਲੀ 20 ਕਰੋੜ ਦੀ ਗ੍ਰਾਂਟ ਭਾਵੇਂ ਕਾਫ਼ੀ ਨਹੀਂ ਹੈ, ਪਰ ਇਸ ਦੇ ਨਾਲ ਅਧਿਆਪਨ ਅਮਲੇ ਨੂੰ ਵੀ ਮਈ ਦੀ ਤਨਖਾਹ ਦੇਣ ਦਾ ਕੰਮ ਜ਼ਰੂਰ ਚੱਲ ਪਏਗਾ।